ਐਂਡਲੈਸ ਖਤਮ ਕਿ ਇਸ ਮੂਵੀ ਦੀ ਲੋੜ ਸੀਗੀ ਪੰਜਾਬੀ ਸਿਨੇਮੇ ਨੂੰ ਮੇਰਾ ਖਿਆਲ ਹੁਣ ਤਾਂ ਕੋਈ ਫਰਕ ਨਹੀਂ ਰਹਿ ਗਿਆ ਬਾਲੀਵੁੱਡ ਦੇ ਪੋਲੀਵੁੱਡ 'ਚ ਮੇਰਾ ਫਿਰ ਦਿਲ ਕਰਦਾ ਸੀ ਫਿਰ ਦੁਬਾਰਾ ਦੇਖੀ ਜਾ ਕੇ ਬਹੁਤ ਵਧੀਆ ਫਿਲਮ ਲੱਗੀ ਸਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸ਼ਨੀ ਜਲੰਧਰ ਸੋ ਅੱਜ ਅਸੀਂ ਆਏ ਹਾਂ ਇੱਕ ਨਵੀਂ ਮੂਵੀ ਦੇ ਰਿਵਿਊ ਲੈਣ ਇਸ ਤੋਂ ਪਹਿਲਾਂ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਚਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਕਿਉਂਕਿ ਅੱਜ ਪਰਮੀਸ਼ ਵਰਮਾ ਦੀ ਸਿੰਘਮ ਮੂਵੀ ਰਿਲੀਜ਼ ਹੋ ਰਹੀ ਹੈ ਮੂਵੀ ਦਾ ਟ੍ਰੇਲਰ ਤਾਂ ਬਹੁਤ ਹੀ ਘੈਂਟ ਸੀ ਸੱਚ ਪੁੱਛੋ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਾ ਆਓ ਆਡੀਅੰਸ ਕੋ ਪੁੱਛੀਏ ਉਹਨਾਂ ਨੂੰ ਇਹ ਮੂਵੀ ਕਿਹੋ ਜਿਹੀ ਲੱਗੀ ਮੂਵੀ ਸਰ ਬਹੁਤ ਵਧੀਆ ਜੀ ਸਭ ਤੋਂ ਵਧੀਆ ਐਕਟ ਕਿਹਦਾ ਲੱਗਾ ਪਰਮੀਸ਼ ਵਰਮਾ ਐਂਡ ਸੋਨਮ ਬਾਜਵਾ ਮੂਵੀ ਦਾ ਐਕਸ਼ਨ ਕਿਦਾਂ ਦਾ ਸੀ ਵਧੀਆ ਸੀ ਇੰਨਾ ਇੰਜੋਏ ਕੀਤਾ ਨਾ ਅਸੀਂ ਮਤਲਬ ਹਰੇਕ ਮੂਮੈਂਟ ਬਹੁਤ ਇੰਜੋਏ ਕੀਤੀ ਅਸੀਂ ਸਭ ਤੋਂ ਵਧੀਆ ਐਕਟ ਕਿਹਦਾ ਲੱਗਾ ਸਭ ਤੋਂ ਵਧੀਆ ਐਕਟ ਉਦਾਂ ਤਾਂ ਸਾਰਿਆਂ ਨੇ ਵਧੀਆ ਐਕਟ ਕੀਤਾ ਪਰ ਪਰਮੀਸ਼ ਵਰਮਾ ਦਾ ਮੈਂ ਜ਼ਿਆਦਾ ਫੈਨ ਹਾਂ ਕਿਉਂਕਿ ਉਹਨਾਂ ਨੇ ਜੋ ਵੀ ਰੋਲ ਪਲੇ ਕੀਤਾ ਉਹ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਸਾਰੀ ਆਡੀਅੰਸ ਹੀ ਬਹੁਤ ਸ਼ਾਊਟ ਕਰ ਰਹੀ ਸੀ ਜਦੋਂ ਐਕਸ਼ਨ ਕਰ ਰਹੇ ਸੀ ਪੂਰਾ ਵਧੀਆ ਜੀ ਐਕਸ਼ਨ ਸਿੰਘਮ ਦਾ ਰਿਪੀਟ ਹੀ ਸੀਗਾ ਪੂਰੀ ਵਧੀਆ ਮੂਵੀ ਆ ਪਰਮੀਸ਼ ਵਰਮਾ ਨੇ ਪੂਰਾ ਵਧੀਆ ਕੰਮ ਕੀਤਾ ਸਭ ਤੋਂ ਵਧੀਆ ਐਕਟ ਕਿਹਦਾ ਲੱਗਾ ਪਰਮੀਸ਼ ਵਰਮਾ ਮੂਵੀ ਬਹੁਤ ਵਧੀਆ ਸੀ ਸਿੰਘਮ ਦਾ ਐਕਟ ਸਭ ਤੋਂ ਵਧੀਆ ਲੱਗਾ ਅਤੇ 5/4 ਸਟਾਰ ਦਊਂਗਾ ਮੈਂ ਉਹਨੂੰ ਅਤੇ ਐਕਸ਼ਨ ਕਿੱਦਾਂ ਦਾ ਸੀ ਮੂਵੀ ਦਾ ਐਕਸ਼ਨ ਬਹੁਤ ਵਧੀਆ ਐਕਟ ਕੀਤਾ ਪਰਮੀਸ਼ ਵਰਮਾ ਨੇ ਭਾਈ ਪਰਮੇਸ਼ ਵਰਮੇ ਦਾ ਮੂਵੀ ਦਾ ਐਕਸ਼ਨ ਕਿੱਦਾਂ ਦਾ ਸੀ ਭਾਈ ਐਕਸ਼ਨ ਪੂਰਾ ਥ੍ਰਿਲ ਸੀਗਾ ਐਨ ਵਧੀਆ ਐਕਸ਼ਨ ਕੀਤਾ ਹਾਂਜੀ ਪੂਰੇ ਪੈਸੇ ਮਹਿਸੂਲ 5 ਭਾਈ 5 ਹੀ ਆ ਸਭ ਤੋਂ ਵਧੀਆ ਐਕਟ ਕਿਹਦਾ ਲੱਗਾ ਸਭ ਤੋਂ ਵਧੀਆ ਉਹੀ ਸੀ ਪਰਮੀਸ਼ ਵਰਮਾ ਦਾ ਹੀ ਹਾਂਜੀ ਭਾਈ ਬਹੁਤ ਸੋਹਣੀ ਮੂਵੀ ਸੀਗੀ ਸੋਨਮ ਬਾਜਵਾ ਦਾ ਐਕਟ ਕਿਹਦਾ ਲੱਗਾ ਬਹੁਤ ਸੋਹਣਾ ਭਾਈ ਸੋਨਮ ਬਾਜਵਾ ਨੇ ਕੀਤਾ ਬਹੁਤ ਜ਼ਿਆਦਾ ਵਧੀਆ ਕੀਤਾ ਉਹਨਾਂ ਨੇ ਐਕਟ 5 ਤੋਂ ਮੇਰੇ ਹਿਸਾਬ ਨਾਲ ਜੀ ਜੇ 7 ਸਟਾਰ ਵੀ ਹੁੰਦੇ ਤਾਂ ਮੈਂ 5 ਤੋਂ 7 ਵੀ ਦੇ ਦੇਣੇ ਸੀ ਪਰ ਹੁਣ 5 ਤੋਂ 5 ਹੀ ਆ ਅਤੇ 5 ਦੇ ਰਿਹਾ ਮੈਂ ਮੂਵੀ ਅਤੇ ਬਾਲੀਵੁੱਡ ਅਤੇ ਪੋਲੀਵੁੱਡ ਦੇ ਵਿੱਚ ਕੀ ਤੁਹਾਨੂੰ ਫਰਕ ਲੱਗਾ ਦੋਨੋਂ ਮੇਰਾ ਖਿਆਲ ਹੁਣ ਤਾਂ ਕੋਈ ਫਰਕ ਨਹੀਂ ਰਹਿ ਗਿਆ ਬਾਲੀਵੁੱਡ ਅਤੇ ਪੋਲੀਵੁੱਡ 'ਚ ਪਰ ਹਾਲੇ ਵੀ ਥੋੜ੍ਹੇ ਜਿਹਾ ਕੁਛ ਅਪਡੇਟੇਸ਼ਨ ਹੈਗੀਆਂ ਆ ਜੋ ਵੀ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਬਟ ਓਵਰਆਲ ਮੂਵੀ ਇਜ਼ ਗੁੱਡ ਭਾਈ ਪੰਜਾਬੀ ਦੇਖਣ ਦਾ ਆਪਣਾ ਹੀ ਮਜ਼ਾ ਪੰਜਾਬੀ ਵਧੀਆ ਹੈ 5 ਕਿੰਨੇ ਸਟਾਰ ਦੇਣੇ ਚਾਹੋਗੇ 5 ਮਾਰੇ 5 ਹੀ ਦਵਾਂਗੇ ਆਪਾਂ ਸਭ ਤੋਂ ਵਧੀਆ ਐਕਟ ਕਿਹਦਾ ਲੱਗਾ ਸਭ ਤੋਂ ਵਧੀਆ ਜੀ ਪਰਮੀਸ਼ ਜੀ ਭਾਜੀ ਬਹੁਤ ਵਧੀਆ ਲੱਗੀ ਮੈਂ ਕਿਹਾ ਸਿਰਾ ਲਾ 5 ਕਿੰਨੇ ਸਟਾਰ ਦੇਣੇ ਚਾਹੋਗੇ 5 ਸਭ ਤੋਂ ਵਧੀਆ ਐਕਟ ਕਿਹਦਾ ਲੱਗਾ ਸੋਨਮ ਬਾਜਵਾ ਭਾਜੀ ਬਹੁਤ ਵਧੀਆ ਮੂਵੀ ਲੱਗੀ ਪਰਮੀਸ਼ ਵਰਮਾ ਬਹੁਤ ਵਧੀਆ ਕੰਮ ਕੀਤਾ ਜਿੱਦਾਂ ਦੀ ਅੱਗੇ ਫਿਲਮਾਂ ਉਹਦੀਆਂ ਵਧੀਆ ਆ ਉੱਦਾਂ ਹੀ ਆ ਵੀ ਵਧੀਆ ਨਿਕਲੀ ਆ ਇਹ ਸਾਨੂੰ ਦੇਖ ਕੇ ਸਾਡਾ ਫਿਰ ਦਿਲ ਕਰਦਾ ਸੀ ਫਿਰ ਦੁਬਾਰਾ ਦੇਖੀ ਜਾ ਕੇ ਬਹੁਤ ਵਧੀਆ ਫਿਲਮ ਲੱਗੀ ਸਾਨੂੰ 5 ਕਿੰਨੇ ਸਟਾਰ ਦੇਣੇ ਚਾਹੋਗੇ ਮੂਵੀ 5 ਸਭ ਤੋਂ ਵਧੀਆ ਐਕਟ ਕਿਹਦਾ ਲੱਗਾ ਪਰਮੀਸ਼ ਵਰਮਾ ਫਿਲਮ ਦਾ ਐਕਸ਼ਨ ਕਿੱਦਾਂ ਲੱਗਾ ਬਹੁਤ ਵਧੀਆ ਭਾਜੀ ਕਨਸੈਪਟ ਬਹੁਤ ਵਧੀਆ ਸੀਗਾ ਫਿਲਮ ਦਾ ਬਹੁਤ ਵਧੀਆ ਲੱਗੀ ਫਿਲਮ ਪਰਮੀਸ਼ ਵਰਮਾ ਦਾ ਐਕਟ ਕਿੱਦਾਂ ਲੱਗਾ ਪਰਮੀਸ਼ ਵਰਮਾ ਦੇ ਬਹੁਤ ਵੱਡੇ ਫੈਨ ਆ ਉਹਨੂੰ ਕਾਫੀ ਚਿਰ ਤੋਂ ਉਹਨਾਂ ਨੂੰ ਫੋਲੋ ਕਰਦੇ ਪਏ ਆ ਸੋ ਬਹੁਤ ਵਧੀਆ ਲੱਗਾ ਹੈ ਤੁਹਾਨੂੰ ਕੀ ਲੱਗਦਾ ਫੁੱਲ ਪੈਸੇ ਵਸੂਲ ਮੂਵੀ ਆ ਫੁੱਲ ਪੈਸੇ ਹਾਂਜੀ 5 ਕਿੰਨੇ ਸਟਾਰ ਦੇਣੇ ਚਾਹੋਗੇ ਭਾਈ ਮੈਂ 5 ਤੋਂ 5 ਦੇਣਾ ਚਾਹੁੰਦਾ ਪਰ ਮੈਂ ਜੇ ਹੋਰ ਹੁੰਦੇ ਤਾਂ ਮੈਂ ਉਹ ਤੋਂ ਜ਼ਿਆਦਾ ਵੀ ਦੇ ਦਿੰਦਾ ਬਹੁਤ ਵਧੀਆ ਲੱਗੀ ਭਾਈ ਬਹੁਤ ਵਧੀਆ ਕੰਮ ਕੀਤਾ ਸਭ ਤੋਂ ਵਧੀਆ ਐਕਟ ਕਿਹਦਾ ਲੱਗਾ ਪਰਮੇਸ਼ ਪਰਮਾ ਦਾ ਭਾਜੀ ਬਹੁਤ 5 ਕਿੰਨੇ ਸਟਾਰ ਦੇਣੇ ਚਾਹੋਗੇ 5 ਤੋਂ 5 ਭਾਜੀ ਕਿਉਂਕਿ ਗਾਣੇ ਗੁਣੇ ਸਭ ਵਧੀਆ ਆ ਵਧੀਆ ਇੰਟਰਸਟਿੰਗ ਮੂਵੀ ਵੀ ਹੈਗੀ ਆ ਮੂਵੀ ਦੀ ਸਟੋਰੀ ਕਿੱਦਾਂ ਲੱਗੀ ਬਹੁਤ ਵਧੀਆ ਭਾਜੀ ਵੰਡਰਫੁਲ ਸੀ ਪਰਮੇਸ਼ ਪਰਮਾ ਦਾ ਭਾਜੀ ਦੋਸਤੋ ਤੁਸੀਂ ਦੇਖਿਆ ਆਡੀਅੰਸ ਦੇ ਕੀ ਵਿਚਾਰ ਨੇ ਇਸ ਮੂਵੀ ਬਾਰੇ ਸੋ ਤੁਸੀਂ ਵੀ ਮੂਵੀ ਦੇਖ ਕੇ ਆਓ ਤੇ ਵੀਡੀਓ ਥੱਲੇ ਕਮੈਂਟ ਕਰਕੇ ਦੱਸੋ ਕਿ ਮੂਵੀ ਕਿਹੋ ਜਿਹੀ ਲੱਗੀ ਮਿਲਦੇ ਆ ਅਗਲੀ ਵੀਡੀਓ ਤੇ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ